ਫਿਲਾਸਫੀ ਦੀ ਪਕੜ ਚ ਵੀ ਨਹੀਂ ਆਉਂਦਾ। ਅੱਛਾ ਹਾਂਜੀ। ਸੋ ਜਦੋਂ ਕੋਈ ਜਿੰਨਾ ਚਿਰ ਕੋਈ ਕਮਿਊਨਿਟੀ ਆ ਜਿਹੜੀ ਉਹਦੀ ਟ੍ਰੈਡੀਸ਼ਨ ਜਿਉਂਦੀ ਆ ਉਨਾ ਚਿਰ ਉਹ ਆਪਦੇ ਆਪ ਨੂੰ ਪੋਇਟਰੀ ਰਾਹੀਂ ਕਵਿਤਾ ਦੇ ਰੂਪ ਦੇ ਵਿੱਚ ਵਿਅਕਤ ਕਰਦੀ ਹੈ। ਜਦੋਂ ਉਹ ਡੈਡ ਹੋ ਜਾਂਦੀ ਆ ਉਹ ਪਾਸਟ ਦੀ ਚੀਜ਼ ਬਣ ਕੇ ਰਹਿ ਜਾਂਦੀ ਆ, ਫਿਰ ਉਹ ਪ੍ਰੋਜ਼ ਵੱਲ ਨੂੰ ਜਾਂਦੀ ਹੈ। ਜਿਵੇਂ ਈਵਨ ਜੇ ਤੁਸੀਂ ਪੱਛਮੀ ਸੱਭਿਅਤਾ ਵੀ ਵੇਖੋ ਤਾਂ ਹੋਮਰ ਦੀ ਉਡੀਸੀ ਤੇ ਇਲੀਅਡ ਕਵਿਤਾ ਚ, ਪਰ ਬਾਅਦ ਦੇ ਵਿੱਚ ਜਦੋਂ ਫਿਲਾਸਫੀ ਪੈਦਾ ਹੋਈ ਪ੍ਰੋਜ਼ ਸ਼ੁਰੂ ਹੋ ਗਈ, ਅਨੈਲਿਸਿਸ ਸ਼ੁਰੂ ਹੋ ਗਿਆ। ਸਾਡੀ ਪਰੰਪਰਾ ਜਿਹੜੀ ਉਹ ਰੀਸੈਂਟਲੀ ਹੁਣ ਤੱਕ ਮੁੱਖ ਤੌਰ ਤੇ ਕਵਿਤਾ ਦੀ ਟ੍ਰੈਡੀਸ਼ਨ ਰਹੀ ਹੈ। ਮੱਧ ਯੁੱਗ ਦੇ ਵਿੱਚ ਤਾਂ ਪੰਜਾਬ ਚ ਪ੍ਰੋਜ਼ ਦੀ ਟ੍ਰੈਡੀਸ਼ਨ ਬਹੁਤ ਘੱਟ, ਲਗਭਗ ਨਾ ਮਾਤਰ ਜਨਮ ਸਾਖੀਆਂ ਹੈ ਸਿਰਫ, ਤੇ ਬਾਕੀ ਟ੍ਰੈਡੀਸ਼ਨ ਸਾਰੀ ਹੈ ਜਿਹੜੀ ਉਹ ਕਵਿਤਾ ਦੇ ਵਿੱਚ ਆ। ਸੋ ਕਵਿਤਾ ਜਿਹੜੀ ਉਹਦੇ ਵਿੱਚ ਵੱਖਰੀ ਗੱਲ ਹੈ ਜਿਹੜੀ ਬਾਕੀਆਂ ਚੀਜ਼ਾਂ ਨਾਲੋਂ, ਉਹ ਇਹ ਆ ਵੀ ਉਹਦੇ ਚ ਬੰਦੇ ਨੂੰ ਟ੍ਰਾਂਸਫਾਰਮ ਕਰਨ ਦੀ ਤਾਕਤ ਆ। ਜਿਹੜੀ ਸਪਿਰਿਟ ਦੀ ਗੱਲ ਆ, ਜਿਹੜੀ ਅੰਦਰਲੇ ਜੀਵਨ ਦੀ ਗੱਲ ਆ, ਉਹਦੇ ਲਈ ਸਹੀ ਮਾਧਿਅਮ ਕਵਿਤਾ ਹੀ ਹੈ। ਪਰ ਫਿਲਾਸਫੀ ਦੀ ਰੈਲੇਵੈਂਸ ਇਸ ਕਰਕੇ ਹੈ ਵੀ ਜਿਹੜਾ ਮਾਡਰਨ ਵਰਲਡ ਦੀ ਕੰਪਲੈਕਸਿਟੀ ਹੈ ਜਿਹੜੀ, ਉਹਦੇ ਚ ਕਈ ਵਾਰੀ ਕਵਿਤਾ ਦੇ ਸੰਸਾਰ ਦੇ ਵਿੱਚ ਜਿਉਣ ਵਾਲੀ ਕੌਮ ਹੈ ਜਿਹੜੀ ਉਹ ਠੱਗੀ ਜਾਂਦੀ ਹੈ। ਕਿਵੇਂ? ਕਿਉਂਕਿ ਉਹਨੂੰ ਉਹਦੀਆਂ ਪਚੀਦਗੀਆਂ ਨੀ ਸਮਝ ਆਉਂਦੀਆਂ। ਸਿੱਖਾਂ ਨਾਲ ਇਹ ਹੋਇਆ। ਅੱਛਾ। ਸੋ ਸਿੱਖਾਂ ਦਾ ਜਿਹੜਾ ਸਾਰੀ ਟ੍ਰੈਡੀਸ਼ਨ ਹੈ ਜਿਹੜੀ, ਕਿਉਂਕਿ ਉਹ ਕਾਵਮਈ ਸੀ, ਜਿਹੜੀ ਕਿ ਇੱਕ ਵਡਿਆਈ ਵਾਲੀ ਗੱਲ ਆ। ਪਰ ਜਦੋਂ ਸਿੱਖ ਗੁਲਾਮ ਹੋਏ ਤੇ ਜਦੋਂ ਸਿੱਖਾਂ ਦਾ ਮਾਡਰਨ ਵਰਲਡ ਸਿਸਟਮ ਨਾਲ ਵਾਹ ਪਿਆ, ਉਦੋਂ ਦੇ ਸਿੱਖਾਂ ਦੇ ਪੈਰ ਨਹੀਂ ਲੱਗ ਰਹੇ। 1849 ਤੋਂ ਬਾਅਦ ਸਿੱਖਾਂ ਦੇ ਪੈਰ ਨਹੀਂ ਲੱਗ ਰਹੇ। ਸਿੱਖ ਪਰੰਪਰਾ ਦੀ ਤਾਕਤ ਆ ਜਿਹੜੀ, ਉਹ ਸਿੱਖ ਸੰਘਰਸ਼ ਦੇ ਵਿੱਚ ਵਾਰੀ ਵਾਰੀ ਰੂਪਮਾਨ ਹੁੰਦੀ ਆ, ਇਤਿਹਾਸ ਸਿਰਜਦੀ ਆ, ਪਰ ਹਰ ਵਾਰੀ ਹਾਰ ਜਾਂਦੀ। ਤੇ ਜੇ ਬੇਲਾਗ ਹੋ ਕੇ ਵੇਖਣਾ ਹੋਵੇ ਤਾਂ ਆਉਣ ਵਾਲਾ ਲੰਮਾ ਸਮਾਂ ਜਿਹੜਾ ਉਹ ਵੀ ਇਹੋ ਜਿਹੇ ਸੰਘਰਸ਼ਾਂ ਦਾ ਹੀ ਹੈ, ਜਿਹਦੇ ਸਿੱਖ ਲੜ ਸਕਦੇ ਆ, ਇਤਿਹਾਸ ਸਿਰ ਸਕਦੇ ਪਰ ਜਿੱਤ ਨਹੀਂ ਸਕਦੇ। ਉਹਦਾ ਕਾਰਨ ਹੈ, ਉਹਦਾ ਕਾਰਨ ਇਹ ਹੈ ਕਿ ਜਿਹੜੀ ਹਰ ਕੌਮ ਦੀ ਇੱਕ ਆਪਦੀ ਯੂਨੀਕ ਕਿਸਮ ਦੀ ਤਾਕਤ ਹੁੰਦੀ ਹੈ। ਠੀਕ ਹੈ। ਕਿਸੇ ਦੀ ਤਾਕਤ ਆ ਜਿਹੜੀ ਉਹ ਕਿਹੋ ਜਿਹੀ ਹੈ, ਕਿਸੇ ਦੀ ਤਾਕਤ ਕਿਹੋ ਜਿਹੀ ਹੈ। ਜਿਵੇਂ ਅਫਰੀਕਾ ਦੇ ਕੁਛ ਮੁਲਕਾਂ ਦੇ ਖਿਡਾਰੀ ਆ ਜਿਹੜੇ ਉਹ ਬਹੁਤ ਲੰਮੀਆਂ ਰੇਸਾਂ ਦੌੜਦੇ ਆ, ਹੈ ਨਾ, ਕਿਉਂਕਿ ਉਹਨਾਂ ਦਾ ਉੱਥੋਂ ਦੇ ਵਾਤਾਵਰਨ ਕਰਕੇ, ਹੋਰਾਂ ਚੀਜ਼ਾਂ ਕਰਕੇ ਉਹਨਾਂ ਦੇ ਸਰੀਰ ਆ ਜਿਹੜੇ ਉਹ ਸਮਰੱਥਾ ਉਹਨਾਂ ਦੇ ਵਿੱਚ ਇਹੋ ਜਿਹੀ ਹੈ ਜਿਹੜੀ ਆਮ ਬੰਦੇ 'ਚ ਨਹੀਂ ਹੋ ਸਕਦੀ। ਹਾਲਾਂਕਿ ਪੱਛਮੀ ਮੁਲਕਾਂ ਦੇ ਵਿੱਚ ਸਹੂਲਤਾਂ ਜ਼ਿਆਦਾ, ਪਰ ਪੱਛਮੀ ਮੁਲਕਾਂ ਵਾਲੇ ਨਹੀਂ ਉਹ ਕੁਛ ਕਰ ਸਕਦੇ ਮੈਰਾਥਨ ਦੇ ਵਿੱਚ ਜੋ ਉਹ ਕਰ ਜਾਂਦੇ ਆ। ਉਵੇਂ ਜਿਹੜਾ ਪੱਛਮੀ ਮੁਲਕ ਹੈ, ਇਹਨੇ ਜਿਹੜੀ ਕੰਪਲੈਕਸਿਟੀ ਇਹਦੇ ਮਾਈਂਡ ਨੇ ਕ੍ਰੀਏਟ ਕੀਤੀ ਆ, ਉਹ ਕੋਈ ਹੋਰ ਨਹੀਂ ਕਰ ਸਕਿਆ। ਇਹ ਇਹਨਾਂ ਦੀ ਤਾਕਤ ਹੈ। ਸਿੱਖਾਂ ਨੇ ਜਿਹੜਾ ਇੱਕ ਰੂਹ ਦੇ ਜ਼ੋਰ ਤੇ ਜਿਉਣ ਵਾਲਾ ਜਿਹੜਾ ਤਰਜ਼ੇ ਜ਼ਿੰਦਗੀ ਪੈਦਾ ਕੀਤੀ ਆ, ਉਹੋ ਜਿਹੀ ਕੋਈ ਹੋਰ ਨਹੀਂ ਕਰ ਸਕਿਆ। ਪਰ ਸਿੱਖ ਜਿਹੜੇ ਇਸ ਇਤਿਹਾਸਕ ਮੋੜ ਤੇ ਜਿਹੜੇ ਚੱਕਰ ਵਿਊ ਦੇ ਵਿੱਚ ਫਸੇ ਹੋਏ ਆ, ਉਹ ਇਹ ਹੈ ਕਿ ਜਿਹੜਾ ਰਵਾਇਤੀ ਕਿਸਮ ਦਾ ਸਿੱਖ ਸਟਾਈਲ ਹੈ ਦੁਨੀਆਂ ਚੱਲਣ ਦਾ, ਉਹ ਕਿਸੇ ਕਾਮਯਾਬੀ ਵੱਲ ਨਹੀਂ ਵੱਧ ਰਿਹਾ। ਉਹਦੇ ਕਈ ਕਾਰਨ ਆ। ਉਹਦੇ ਚ ਇੱਕ ਕਾਰਨ ਜਿਹੜਾ ਉਹ ਸਿੱਖਾਂ ਦੀ ਚੰਗਿਆਈ ਹੈ, ਜਿਹੜਾ ਕਿ ਸਮਝਣ ਵਾਲੀ ਗੱਲ ਹੈ, ਜਿਹੜੀ ਸਿੱਖਾਂ ਨੂੰ ਪਿੱਛੇ ਸੱਟ ਰਹੀ ਹੈ, ਸੱਟ ਰਹੀ ਹੈ, ਉਹ ਚੰਗਿਆਈ ਹੈ। ਹਾਂ, ਸਿੱਖਾਂ ਦੀ ਚੰਗਿਆਈ ਹੈ। ਕਿਵੇਂ? ਜਿਹੜਾ ਅੱਜ ਦਾ ਗਲੋਬਲਾਈਜ਼ਡ ਵਰਲਡ ਆ, ਇਹਦੇ ਚ ਬਹੁਤ ਸਾਰੀਆਂ ਕੌਮਾਂ ਜਿਹੜੀਆਂ ਉਹ ਇੱਕ ਦੂਜੇ ਦੇ ਕੰਟੈਕਟ ਚ ਆ। ਕਈ ਵਾਰੀ ਉਹ ਇੱਕੋ ਸਮਾਜ ਦੇ ਵਿੱਚ ਰਹਿੰਦੀਆਂ, ਪਰ ਜੇ ਉਹ ਇੱਕੋ ਸਮਾਜ ਚ ਨਹੀਂ ਵੀ ਰਹਿੰਦੀਆਂ ਤਾਂ ਵੀ ਉਹਨਾਂ ਦੇ ਹਿੱਤ ਜਿਹੜੇ ਆਪਸ ਚ ਜਿਵੇਂ ਟਕਰਾਉਂਦੇ ਆ, ਉਹਦੇ ਵਿੱਚੋਂ ਕਿਸੇ ਕੌਮ ਦਾ ਆਮ ਕਰਕੇ ਹਰ ਕੌਮ ਦਾ ਜਿਹੜਾ ਇੱਕ ਜਨਰਲ ਐਟੀਚਿਊਡ ਆ, ਉਹ ਇਹ ਹੁੰਦਾ ਵੀ ਮੀ ਫਸਟ ਤੇ ਬਾਕੀ ਬਾਅਦ ਚ। ਇਹ ਦੁਨੀਆਦਾਰੀ ਹੈ। ਬਿਲਕੁਲ। ਜਿਹੜੇ ਅੱਜ ਦੇ ਮਾਡਰਨ ਸਿੱਖ ਆ, ਜੇ ਤਾਂ ਤੁਸੀਂ ਉਹਨਾਂ ਦਾ ਇੰਡੀਵਿਜੁਅਲ ਕਿਰਦਾਰ ਵੇਖੋ, ਫਿਰ ਤਾਂ ਮੀ ਫਸਟ ਵਾਲਾ ਹੀ ਆ ਬਹੁਤਿਆਂ ਦਾ। ਜਦੋਂ ਕੌਮੀ ਗੱਲ ਲਗਾਉਂਦੀ ਆ, ਉੱਥੇ ਮੀ ਲਾਸਟ ਬਣ ਜਾਂਦਾ। ਉੱਥੇ ਉਹ ਆਪਦੀ ਕੌਮ ਨੂੰ ਭੰਡ ਸਕਦੇ ਆ, ਉਹਦੇ ਵਾਸਤੇ ਖੜ ਨਹੀਂ ਸਕਦੇ।
ਉਹਦੇ ਚ ਨੁਕਸ ਕੱਢ ਸਕਦੇ ਆ ਪਰ ਜੇ ਉਹਦੇ ਨਾਲ ਕੋਈ ਕੌਮ ਨਾਲ ਕੋਈ ਮਾੜਾ ਕਰਦਾ ਉਹਦੀ ਗੱਲ ਕਰਨ ਤੋਂ ਝਿਜਕਦੇ ਆ ਸੋ ਇਹ ਇੱਕ ਕਿਸਮ ਨਾਲ ਜਿਹੜਾ ਆਪਣੇ ਆਪ ਨੂੰ ਖੀਰ ਤੇ ਰੱਖਣਾ ਨਿਮਰਤਾ ਚੰਗਿਆਈ ਹੈਗੀ ਹੈ ਪਰ ਤੁਸੀਂ ਕਹਿ ਲਓ ਵੀ ਜਿਵੇਂ ਲੋੜ ਤੋਂ ਵੱਧ ਮਿੱਠਾ ਵੀ ਜ਼ਹਿਰ ਬਣ ਜਾਂਦਾ ਉਵੇਂ ਇਸ ਇਹ ਟੌਕਸਿਕ ਬਣ ਗਈ ਸਿੱਖਾਂ ਵਾਸਤੇ ਚੀਜ਼ ਤਾਂ ਵਧੀਆ ਸੀ ਹੁਣ ਹਾਂਜੀ ਚੀਜ਼ ਵਧੀਆ ਸੀ ਪਰ ਜੇ ਕਿਸੇ ਪ੍ਰਪੋਰਸ਼ਨ ਚ ਹੁੰਦੀ ਲੈਫਟ ਨੇ ਇਹੀ ਚੰਗਿਆਈ ਬਹੁਤ ਚਲਾਕੀ ਨਾਲ ਹਾਈਜੈਕ ਕਰਕੇ ਸਿੱਖਾਂ ਦੇ ਅਗੇਂਸਟ ਵਰਤ ਲਈ ਸੋ ਮੈਂ ਇਹਨੂੰ ਇੱਕ ਹੋਰ ਮੈਂ ਮਿਸਾਲ ਦਿੰਦਾ ਇਹਦੀ ਆਟੋਇਮਿਊਨ ਡਿਸੀਜ਼ ਆਟੋਇਮਿਊਨ ਡਿਸੀਜ਼ ਹੁੰਦੀ ਆ ਵੀ ਆਮ ਕਰਕੇ ਤਾਂ ਜਿਹੜਾ ਵਾਇਰਸ ਉਹ ਬਾਹਰੋਂ ਆਉਂਦਾ ਤੇ ਸਰੀਰ ਦੀ ਇਮਿਊਨਿਟੀ ਜਿਹੜੀ ਉਹਦੇ ਨਾਲ ਲੜਦੀ ਆ ਸੋ ਇੱਕ ਕਿਸਮ ਦਾ ਜੋਤੀ ਹੁੰਦਾ ਪਰ ਆਟੋਇਮਿਊਨ ਡਿਸੀਜ਼ ਆ ਜਦੋਂ ਬੰਦੇ ਦੀ ਆਪਦੀ ਇਮਿਊਨ ਪਾਵਰ ਆ ਜਿਹੜੀ ਉਹੀ ਸਰੀਰ ਨੂੰ ਖਾਣ ਲੱਗ ਜਾਂਦੀ ਉਹੀ ਸਰੀਰ ਤੇ ਅਟੈਕ ਕਰ ਦਿੰਦੀ ਉਹਨੂੰ ਆਟੋਇਮਿਊਨ ਡਿਸੀਜ਼ ਕਹਿੰਦੇ ਮੋਸਟਲੀ ਅੱਜ ਦੇ ਸਿੱਖਾਂ ਦੀ ਸਮੱਸਿਆ ਜਿਹੜੀ ਉਹ ਆਟੋਇਮਿਊਨ ਡਿਸੀਜ਼ ਆ ਕਿ ਸਿੱਖ ਹੀ ਸਿੱਖੀ ਨੂੰ ਅਟੈਕ ਕਰ ਰਹੇ ਆ ਬਿਲਕੁਲ ਜੇ ਤੁਸੀਂ ਮਿਸ਼ਨਰੀਆਂ ਵੱਲ ਵੇਖੋਗੇ ਉਹ ਸਾਰੀ ਸਿੱਖ ਪਰੰਪਰਾ ਨੂੰ ਭੰਨ ਰਹੇ ਆ ਜੇ ਤੁਸੀਂ ਥੋੜ੍ਹੇ ਜਿਹੇ ਲੈਫਟ ਲਿਬਰਲ ਟਾਈਪ ਸਿੱਖ ਨੂੰ ਵੇਖੋਗੇ ਉਹ ਕਹੂਗਾ ਸਿੱਖਾਂ ਦੇ ਨਾਲ ਮਾੜਾ ਹੀ ਕੋਈ ਨੀ ਗਾ ਹਾਲਾਂਕਿ ਜਿਹੜੇ ਇਤਿਹਾਸ ਦੇ ਫੈਕਟ ਆ ਉਹ ਇਹ ਗੱਲ ਦੀ ਗਵਾਹੀ ਨੀ ਭਰਦੇ ਵੀ ਸਿੱਖਾਂ ਦੇ ਨਾਲ ਮਾੜਾ ਹੀ ਕੋਈ ਨੀ ਬਿਲਕੁਲ ਸੋ ਇਸ ਕਰਕੇ ਮੈਂ ਇਹ ਸਮਝਦਾ ਹਾਂ ਕਿ ਇਤਿਹਾਸ ਦੇ ਇਸ ਦੌਰ ਦੇ ਵਿੱਚ ਸਮੇਂ ਦੀਆਂ ਪੇਚੀਦਗੀਆਂ ਨੂੰ ਸਮਝਣਾ ਸਿੱਖਾਂ ਦੀ ਰਿਸਪੋਂਸੀਬਿਲਿਟੀ ਹੈ ਜਿਹਦੇ ਤੋਂ ਬਹੁ ਗਿਣਤੀ ਸਿੱਖ ਭੱਜਦੇ ਆ ਕਿਉਂ ਕਿਉਂਕਿ ਉਹਨੂੰ ਕਨਫਰੰਟ ਕਰਨਾ ਅਨਕੰਫਰਟੇਬਲ ਹੈ ਬਹੁਤ ਜ਼ਿਆਦਾ ਅਨਕੰਫਰਟੇਬਲ ਹੈ ਸਾਈਕੋਲੋਜੀਕਲੀ ਨਾ ਟਰੋਮੈਟਿਕ ਐਕਸਪੀਰੀਅੰਸ ਆ ਬਿਲਕੁਲ ਸਹੀ ਇਸ ਕਰਕੇ ਉਹ ਮੰਨਣਾ ਨਹੀਂ ਚਾਹੁੰਦੇ ਉਹ ਅੱਖਾਂ ਮੀਚ ਕੇ ਡਿਨਾਇਲ ਚ ਆ ਕੇ ਜ਼ਿੰਦਗੀ ਗੁਜ਼ਾਰਨੀ ਚਾਹੁੰਦੇ ਆ ਇੱਕ ਉਹ ਇਹ ਕਰਨਾ ਚਾਹੁੰਦੇ ਆ ਵੀ ਨਹੀਂ 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 ਅਸੀਂ ਤਾਂ ਬਹੁਤ ਚੜ੍ਹਦੀ ਕਲਾ ਵਾਲੀ ਕੌਮ ਹੈ ਸਾਡੇ ਨਾਲ ਕੁਛ ਮਾੜਾ ਹੋ ਨਹੀਂ ਸਕਦਾ ਪਰ ਮੈਂ ਕਹਿੰਦਾ ਪਿਛਲੀਆਂ ਪੌਣੇ ਦੋ ਸਦੀਆਂ ਦਾ ਇਤਿਹਾਸ ਵੇਖੋ ਤੁਹਾਡੇ ਨਾਲ ਕੀ ਨਹੀਂ ਹੋਇਆ ਬਿਲਕੁਲ ਸਹੀ ਇੱਕ ਮੈਂ ਜਿਹੜੇ ਬੰਦੇ ਡਿਨਾਇਲ ਨੂੰ ਚੜ੍ਹਦੀ ਕਲਾ ਦਾ ਨਾਂ ਦਿੰਦੇ ਆ ਉਹਨਾਂ ਵਾਸਤੇ ਮੈਂ ਇੱਕ ਮੈਸੇਜ ਇਹ ਦੇਣਾ ਚਾਹੁੰਦਾ ਕਦੇ ਤੁਸੀਂ ਪਾਕਿਸਤਾਨ ਦੇ ਵਿੱਚ ਲਹਿੰਦੇ ਪੰਜਾਬ ਦੇ ਵਿੱਚ ਜਿਹੜੇ ਪੁਰਾਤਨ ਇਤਿਹਾਸਕ ਗੁਰਦੁਆਰਾ ਸਾਹਿਬਾਨ ਆ ਉਹਨਾਂ ਦੀਆਂ ਆਮ ਹੀ ਅੱਜ ਕੱਲ੍ਹ ਲੋਕੀ ਉੱਥੇ ਜਾਂਦੇ ਆ ਤੇ ਇੰਟਰਨੈਟ ਤੇ ਵੀਡੀਓ ਚੜਾਉਂਦੇ ਆ ਉਹ ਵੀਡੀਓ ਵੇਖੋ ਜਿੱਥੇ ਗੁਰੂ ਸਾਹਿਬ ਆਪ ਬਿਰਾਜਮਾਨ ਰਹੇ ਆ ਉਹਨਾਂ ਸਥਾਨਾਂ ਤੇ ਡੰਗਰ ਬੰਨੇ ਹੋਏ ਆ ਕੰਧਾਂ ਤੇ ਪਾਥੀਆਂ ਲਾਈਆਂ ਹੋਈਆਂ ਤੇ ਕਈ ਥਾਵਾਂ ਤੇ ਤਾਂ ਲਗਭਗ ਮਾੜੀਆਂ ਮੋਟੀਆਂ ਇੱਟਾਂ ਹੀ ਖੜੀਆਂ ਰਹਿ ਗਈਆਂ ਬਾਕੀ ਸਾਰਾ ਕੁਛ ਤਬਾਹ ਹੋ ਗਿਆ ਇਹ ਗੱਲ ਦਾ ਮਾਣ ਕਰਨਾ ਵੀ ਅਸੀਂ ਖਤਮ ਨਹੀਂ ਹੋਏ ਮੈਨੂੰ ਤਾਂ ਇੱਕ ਕਿਸਮ ਦੀ ਤੁਸੀਂ ਕਹਿ ਲਓ ਵੀ ਉਹ ਲੱਗਦੀ ਆ ਬੇਈਮਾਨੀ ਜੀ ਲੱਗਦੀ ਆ ਕਿ ਉਹ ਐਡੇ ਵੱਡੇ ਨੁਕਸਾਨ ਨੂੰ ਇਗਨੋਰ ਕਰਕੇ ਆਪਦੇ ਸੋਹਲੇ ਗਾਈ ਜਾਣੇ ਵੀ ਨਾ 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 ਸਾਨੂੰ ਤਾਂ ਕੁਛ ਕੋਈ ਕਰ ਹੀ ਨਹੀਂ ਸਕਦਾ ਅਸੀਂ ਤਾਂ ਐਡੀ ਮਹਾਨ ਕੌਮ ਹੈ ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ ਹਾਲਾਤ ਇਹ ਬਣ ਰਹੇ ਆ ਬਈ ਲਹਿੰਦੇ ਪੰਜਾਬ ਵਾਲੇ ਹਾਲਾਤ ਚੜ੍ਹਦੇ ਪੰਜਾਬ ਚ ਹੋ ਜਾਣੇ ਜੇ ਟ੍ਰੈਂਡ ਰਿਵਰਸ ਨਹੀਂ ਹੁੰਦੇ ਬਿਲਕੁਲ ਬਿਲਕੁਲ ਜਿੱਡੀ ਵੱਡੇ ਪੱਧਰ ਤੇ ਪਾਪੂਲੇਸ਼ਨ ਟ੍ਰਾਂਸਫਰ ਹੋ ਰਹੀ ਆ ਅਗਲੇ 20 ਸਾਲ ਆਉਣ ਵਾਲੇ ਪੰਜਾਬ ਦੇ ਪਿੰਡਾਂ ਚ ਵੀ ਤੇ ਸ਼ਹਿਰਾਂ ਦੇ ਵਿੱਚ ਵੀ ਗੁਰੂ ਘਰ ਜਿਹੜੇ ਉਹ ਸੈਂਕੜਿਆਂ ਨੀ ਹਜ਼ਾਰਾਂ ਦੀ ਗਿਣਤੀ ਚ ਬੰਦ ਹੋਣ ਦੇ ਕੰਢੇ ਤੇ ਪਹੁੰਚ ਜਾਣਗੇ ਜਦੋਂ ਕੋਈ ਸ਼ਰਧਾਲੂ ਹੀ ਨੀ ਗਾ ਬਿਲਕੁਲ ਫਿਰ ਕੀ ਹੋਊਗਾ ਤੇ ਹੋ ਰਹੇ ਆ ਸ਼ਹਿਰ ਖਬਰ ਨੀ ਆ ਰਹੀ ਇਹ ਨਾ ਸੋਚੋ ਕਿ ਜਿਹੜੀ ਚੀਜ਼ ਸੋਸ਼ਲ ਮੀਡੀਆ ਤੇ ਵਾਇਰਲ ਨਹੀਂ ਹੁੰਦੀ ਉਹ ਹੋ ਹੀ ਨਹੀਂ ਰਿਹਾ ਇਹ ਵੀ ਗੱਲ ਹੈ ਨਵੀਂ ਪੋਲਿਟਿਕਸ ਇਹ ਹੈ ਕਿ ਵੱਡੀ ਤੋਂ ਵੱਡੀ ਘਟਨਾ ਜਿਹੜੀ ਉਹਦੀ ਵੀ ਭਿਣਕੀ ਨਹੀਂ ਪੈਣ ਦੇਣੀ ਇਹ ਸੋਸ਼ਲ ਮੀਡੀਆ ਦੇ ਜ਼ਮਾਨੇ ਦੀ ਅਸਲੀਅਤ ਹੈ ਬਿਲਕੁਲ ਸਹੀ ਹੈ ਕਿ ਘਟਨਾਵਾਂ ਬਹੁਤ ਵੱਡੀਆਂ ਵਾਪਰਨਗੀਆਂ ਪਰ ਕਿਸੇ ਨੂੰ ਪਤਾ ਵੀ ਨਹੀਂ ਲੱਗਣਾ ਲੋਕਾਂ ਨੇ ਘੁੰਮਣ ਫਿਰਨ ਵਾਲਿਆਂ ਦੇ ਬਲੌਗ ਵੇਖ ਕੇ ਹੀ ਖੁਸ਼ ਹੋਈ ਜਾਣਾ ਇਹ ਸਮਝਣਾ ਹੈ ਕਿ ਪੰਜਾਬ ਤਾਂ ਜੀ ਬੜਾ ਖੁਸ਼ਹਾਲ ਆ ਮੈਂ ਹੈਰਾਨ ਹੋਇਆ ਮੈਂ ਆਪਣੇ ਖਾਲਸਾ ਕਾਲਜ ਦੇ ਪ੍ਰੋਫੈਸਰ ਸਾਹਿਬ ਆਏ ਉਹਨੂੰ ਪੁੱਛਿਆ ਇੱਥੇ ਵੀ ਤੁਹਾਡੇ ਕੋਲ ਐਮ ਏ ਪੰਜਾਬੀ ਦੇ ਵਿੱਚ ਸਟੂਡੈਂਟ ਅੱਜ ਕੱਲ੍ਹ ਕੀ ਪੜ੍ਹਦੇ ਆ ਕਿੰਨੇ ਕੁ ਲੋਕਾਂ ਦਾ ਇੰਟਰਸਟ ਹੈ ਉਹ ਕਹਿੰਦੇ ਵੀ ਮੋਸਟਲੀ ਭਈਆਂ ਦੇ ਬੱਚੇ ਆ ਐਮ ਏ ਪੰਜਾਬੀ ਕਰ ਰਹੇ ਆ ਮੈਂ ਕਿਹਾ ਭਈਆਂ ਦੇ ਬੱਚੇ ਕਹਿੰਦੇ ਯਾਰ ਪ੍ਰੋਬਲਮ ਆ ਵੀ ਉਹਨਾਂ ਦੀ ਕਿ ਮਦਰ ਟੰਗ ਤਾਂ ਹੈ ਨਹੀਂ ਉਹਨਾਂ ਨੂੰ ਬੇਸ ਤਾਂ ਪਤਾ ਨਹੀਂ ਸਕੂਲ ਚ ਪੰਜਾਬੀ ਪੜ੍ਹ ਲਈ ਆ ਉਹਨਾਂ ਨੇ ਹਾਂਜੀ ਜਿਹੜੀ ਉਹ ਅੰਦਰ ਪੰਜਾਬੀਅਤ ਹੋਣੀ ਸੀ ਉਹ ਤੋਂ ਸਿੱਖਣੇ ਨੇ ਤੇ ਜਿਹੜੇ ਸਾਡੇ ਵਾਲੇ ਨੇ
ਜਿਨ੍ਹਾਂ ਦੇ ਅੰਦਰ ਪੰਜਾਬੀ ਸੀਗੀ ਉਹ ਐਵੇਂ ਪੰਜਾਬੀ 'ਚ ਆ ਹੀ ਨਹੀਂ ਰਹੇ। ਹੁਣ ਇਹਦਾ ਜੇ ਆਪਾਂ ਦੇਖੀਏ ਫਿਰ ਫਿਊਚਰ 'ਚ ਜਿਹੜੇ ਬੰਦੇ ਐਮ ਏ ਕਰ ਰਹੇ ਨੇ ਉਹ ਪੜ੍ਹਾਉਣਗੇ, ਉਹ ਪ੍ਰੋਫੈਸਰ ਹੋਣਗੇ, ਸਕੂਲਾਂ ਦੇ ਟੀਚਰ ਹੋਣਗੇ, ਤਾਂ ਉਹ ਫਿਰ ਕੀ ਪੰਜਾਬੀ ਪੜ੍ਹਾਉਣਗੇ ਜਦ ਉਹਨਾਂ ਦੇ ਅੰਦਰ ਪੰਜਾਬੀ ਦੇ ਹੈ ਨੀਗੀ। ਈਵਨ ਜੇ ਅੱਜ ਦਾ ਪੰਜਾਬੀ ਬੱਚਾ ਵੀ ਜੇ ਕੋਈ ਪੰਜਾਬੀ ਦੀ ਐਮ ਏ ਕਰਦਾ ਨਾ, ਉਹਦੇ 'ਚ ਵੀ ਉਸ ਕਿਸਮ ਦੀ ਜਿਹੜੀ ਇੱਕ ਕੁਦਰਤੀ ਸੱਭਿਆਚਾਰਕ ਸਮਝ ਹੁੰਦੀ ਹੈ ਜਿਹੜੀ ਪੀੜ੍ਹੀ ਦਰ ਪੀੜ੍ਹੀ ਅੱਗੇ ਚੱਲਦੀ ਹੈ ਉਹ ਨਹੀਂ ਉਹਦੇ 'ਚ ਹੈਗੀ, ਕਿਉਂਕਿ ਉਹਦੀ ਸਕੂਲਿੰਗ ਆ ਜਿਹੜੀ ਉਹ ਕੋਨਵੈਂਟ ਸਕੂਲਾਂ ਦੀ ਹੈ ਅਤੇ ਉਹ ਉਹਨੇ ਗ੍ਰਹਿਣ ਹੀ ਨਹੀਂ ਕੀਤੀ ਉਵੇਂ। ਸੋ ਇਸ ਕਰਕੇ ਜਿਹੜਾ ਕ੍ਰਾਈਸਿਸ ਆ ਉਹ ਕਾਫੀ ਜ਼ਿਆਦਾ ਵੱਡਾ। ਮੈਂ ਇਸ ਇਤਿਹਾਸਕ ਮੌਕੇ 'ਤੇ ਮੈਂ ਇਹ ਸਮਝਦਾ ਵੀ ਲਗਭਗ ਸਾਰੀ ਸਿੱਖ ਕੌਮ ਨੂੰ ਇਹ ਸੋਚਣਾ ਚਾਹੀਦਾ ਵੀ ਚੜ੍ਹਦੀ ਕਲਾ ਦੇ ਅਸਲੀ ਅਰਥ ਕੀ ਹੈ। ਚੜ੍ਹਦੀ ਕਲਾ ਦੇ ਅਸਲੀ ਅਰਥ ਇਹ ਹੈ ਵੀ ਤੁਹਾਡੇ ਸਾਹਮਣੇ ਬਹੁਤ ਵੱਡੀ ਮੁਸੀਬਤ ਖੜੀ ਹੈ ਪਰ ਤੁਸੀਂ ਉਸ ਮੁਸੀਬਤ ਤੋਂ ਡਰਦੇ ਨਹੀਂ, ਉਹਦੀਆਂ ਅੱਖਾਂ 'ਚ ਅੱਖਾਂ ਪਾ ਕੇ ਵੇਹਣੇ ਆ, ਇਹ ਚੜ੍ਹਦੀ ਕਲਾ। ਜਿਹੜੀ ਗੱਲ ਨੂੰ ਅੱਜ ਕੱਲ੍ਹ ਬਣਾ ਕੇ ਪਰੋਸਿਆ ਜਾ ਰਿਹਾ ਉਹ ਇਹ ਹੈ ਵੀ ਜੇ ਮੁਸੀਬਤ ਸਾਹਮਣੇ ਹੈ ਮੂੰਹ ਦੂਜੇ ਪਾਸੇ ਨੂੰ ਕਰ ਲਓ ਅਤੇ ਕਹੋ ਸਾਡੇ ਵਰਗਾ ਤਾਂ ਕੋਈ ਹੈ ਹੀ ਨਹੀਂ, ਚੜ੍ਹਦੀ ਕਲਾ ਹੀ ਆ, ਘਬਰਾਓ ਨਾ, ਕੁਛ ਨਹੀਂ ਹੁੰਦਾ। ਸੋ ਲਗਾਤਾਰ ਸਿੱਖਾਂ ਨੂੰ ਸਮੂਹਿਕ ਤੌਰ ਤੇ ਬਹੁਤ ਵੱਡੀਆਂ ਸੱਟਾਂ ਵੱਜ ਰਹੀਆਂ 1857, ਉਸ ਤੋਂ ਬਾਅਦ ਸਾਰੇ ਦਾ ਸਾਰਾ ਕਲੋਨੀਅਲ ਪੀਰੀਅਡ 1947, ਉਸ ਤੋਂ ਬਾਅਦ 1984, ਫਿਰ ਸਾਰਾ ਦੌਰ ਜਿਹੜਾ ਨਸਲਕੁਸ਼ੀ ਦਾ, ਹਰ ਸੱਟ ਹੈ ਜਿਹੜੀ ਉਹ ਸਿੱਖਾਂ ਨੂੰ ਪਹਿਲਾਂ ਨਾਲੋਂ ਕਮਜ਼ੋਰ ਕਰ ਜਾਂਦੀ। ਜੇ ਹੁਣ ਉਹ ਜਾਂ ਕੋਈ ਵੱਡਾ ਇਤਿਹਾਸਕ ਕਾਂਡ ਪੰਜਾਬ 'ਚ ਸਿੱਖਾਂ ਦਾ ਹੋ ਜਾਂਦਾ ਤਾਂ ਪੈਰ ਉੱਖੜ ਜਾਣੇ। ਇਹ ਗੱਲ ਮੈਨੂੰ ਪਤਾ ਵੀ ਇਹ ਕਿੰਨੀ ਦੁਖਦਾਈ ਆ, ਮੈਂ ਇਹਨੂੰ ਲਾਈਟਲੀ ਨਹੀਂ ਕਰਦਾ ਗਾ, ਪਰ ਮੈਂ ਇਹ ਕਹਿੰਦਾ ਵੀ ਬਿਨਾਂ ਇਸ ਗੱਲ ਨੂੰ ਕਨਫਰੰਟ ਕੀਤੇ ਸਿੱਖਾਂ ਦਾ ਕੋਈ ਰਾਹ ਨਹੀਂ ਪਾਵਾਂਗਾ। ਕਿਉਂਕਿ ਜਦੋਂ ਕੋਈ ਕੌਮ ਇੰਨੀ ਮਾਰਜਨਲਾਈਜ਼ਡ ਆ, ਜਦੋਂ ਇੰਨੀ ਹਾਸ਼ੀਏ 'ਤੇ ਧੱਕੀ ਵੀ ਹੈ, ਉਹਨੂੰ ਫਿਰ ਹਰ ਕਦਮ ਬਹੁਤ ਫੂਕ ਫੂਕ ਕੇ ਰੱਖਣਾ ਪੈਂਦਾ, ਅਤੇ ਜਿਹੜੀ ਕੌਮ ਦੇ ਵਿੱਚ ਕੋਈ ਇੰਟਰਨਲ ਮੈਕਨਿਜ਼ਮ ਹੀ ਨਹੀਂ ਗਾ ਕਿ ਫੈਸਲਾ ਕੌਣ ਕਰੂਗਾ ਕਿਵੇਂ ਕਰੂਗਾ, ਉਹਦੇ 'ਚ ਫਿਰ ਫੂਕ ਫੂਕ ਕਿੰਨਾ ਰੱਖਿਆ ਜਾਂਦਾ, ਉਹਦੀ ਤਾਂ ਹਰ ਕੋਈ ਚੌਧਰੀ ਹੈ। ਹਾਂਜੀ, ਆਟੋਮੈਟਿਕਲੀ ਗੱਲਾਂ ਵਾਪਰੀ ਜਾ ਰਹੀਆਂ। ਲੋਕ ਤਾਲਿਬਾਨ ਦੀ ਉਦਾਹਰਨ ਦਿੰਦੇ ਆ ਵੀ ਦੇਖੋ ਜੀ ਤਾਲਿਬਾਨ ਦੁਬਾਰਾ ਆ ਗਏ, ਅਮਰੀਕਾ ਨੂੰ ਹਰਾਤਾ ਉਹਨਾਂ ਨੇ, ਪਰ ਤਾਲਿਬਾਨ ਦਾ ਇੰਟਰਨਲ ਸਟਰਕਚਰ ਵੀ ਤਾਂ ਵੇਖੋ ਨਾ, ਉਹਨਾਂ ਨੇ ਉਹ ਪਰੰਪਰਾ ਨੂੰ ਕਿਸ ਹੱਦ ਤੱਕ ਬਚਾ ਕੇ ਰੱਖਿਆ। ਦੂਜੀ ਗੱਲ ਵੀ ਤਾਲਿਬਾਨ ਦਾ ਜਿਹੜਾ ਪੋਲੀਟੀਕਲ ਕੰਟੈਕਸਟ ਆ ਉਹ ਬਿਲਕੁਲ ਵੱਖਰਾ, ਉਹਨਾਂ ਦੇ ਪਿੱਛੇ ਵੱਡੀਆਂ ਤਾਕਤਾਂ ਜਿਹੜੀਆਂ ਉਹਨਾਂ ਦੀ ਪੂਰੀ ਸਪੋਰਟ 'ਤੇ ਸੀ ਕੰਮ ਕਰ ਰਹੀਆਂ ਸੀ, ਪਾਕਿਸਤਾਨ ਸੀ, ਚਾਈਨਾ ਸੀ, ਸਾਰਾ ਮੁਸਲਿਮ ਵਰਲਡ ਆ ਜਿਹੜਾ ਉਹ ਸੀ। ਵੈਸਟਰਨ ਵਰਲਡ ਦੇ ਵਿੱਚ ਮੁਸਲਿਮ ਸਕਾਲਰ ਤਾਂ ਹੈ ਹੀ ਹੈ, ਈਵਨ ਵਾਈਟ ਸਕਾਲਰਸ ਬਹੁਤ ਵੱਡੀ ਗਿਣਤੀ 'ਚ ਉਹਨਾਂ ਦੇ ਸਪੋਰਟ ਦੀ ਗੱਲ ਕਰਦੇ ਸੀ। ਸੋ ਸਿੱਖਾਂ ਦੀ ਦਾ ਉਹਨਾਂ ਨਾਲ ਕੋਈ ਮੇਚ